ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਲਾਈਵ ਸੱਜਣੋ ਪਿੰਡ ਤੁੰਗਾਲੀ ਤੇ ਪੰਜਾਬ ਵਿੱਚ ਜਿਹੜਾ ਨਸ਼ਾ ਚੱਲ ਰਿਹਾ ਚਿੱਟਾ ਉਹਦਾ ਕਹਿਰ ਹੈ ਤੇ ਬੁਰਾ ਹਾਲ ਹੈ ਮੁਲਖ ਦਾ ਤੇ ਹੁਣ ਸੁੰਨ ਹੋਏ ਪਏ ਆ ਤੇ ਝੋਨੇ ਦੇ ਵਿੱਚ ਵੇਖ ਨੱਕ ਘੁੱਡਿਆ ਤਾਂ ਪਿੰਡ ਦੇ ਮੋਹਤਵਾਰ ਬੰਦੇ ਡਰਦੇ ਆ ਚੱਕਣ ਤੇ ਨਾ ਤੂੰ ਮੈਨੂੰ ਤਾਂ ਲੱਗਦਾ ਖਤਮ ਹੀ ਆ ਸਾਹ ਸੂ ਹੈ ਨੀ ਆਉਂਦਾ ਇਹ ਤਾਂ ਮਰ ਗਿਆ ਮੱਲਿਆ ਹੈਗਾ ਹੈਗਾ ਸਾਹ ਹੈਗਾ ਮਾੜਾ ਮੋਟਾ ਸਾਹ ਤੇ ਸਰਪੰਚ ਨੂੰ ਕਰੋ ਫੋਨ ਤੇ ਹਾਲਾਤ ਦਿਖਾਏ ਜਾਣ ਬਹੁਤ ਮਾੜਾ ਹਾਲ ਆ ਬਈ ਪੰਜਾਬ ਦਾ ਆਪਾਂ ਇਹ ਟੀਕਾ ਭਰਨਾ ਇੱਥੇ ਬਾਈ ਪਾਲ ਕੇ ਤੇ ਜਦੋਂ ਦੇਖਿਆ ਮੈਂ ਚੱਲ ਇਹਨੂੰ ਥੋੜਾ ਜਿਹਾ ਲਾਈ ਪਾ ਦਈਏ ਆਪਾਂ ਤੇ ਬੁਰਾ ਹਾਲ ਆ ਮੁਲਖ ਦਾ ਮਾਰਤਾ ਪੰਜਾਬ ਨੂੰ ਚਿੱਟੇ ਨੇ ਮੈਂ ਦਿਆਲ ਸੋਢੀ ਸੂਬਾ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਅੱਜ ਉਸ ਗੱਲ ਦੀ ਚਿੰਤਾ ਜ਼ਾਹਰ ਕਰਦਾ ਹਾਂ ਕਿ ਕੱਲ੍ਹ ਮੈਨੂੰ ਬੜਾ ਦੁੱਖ ਹੋਇਆ ਕਿ ਮੇਰੇ ਆਪਣੇ ਪਿੰਡ ਦੇ ਦੋ ਨੌਜਵਾਨ ਜਿਨ੍ਹਾਂ ਦੀ ਨਸ਼ੇ ਦੇ ਹਾਲਤ ਦੇ ਵਿੱਚ ਜੋ ਝੋਨੇ ਦੇ ਲੱਗੇ ਹੋਏ ਖੇਤ ਦੇ ਵਿੱਚ ਡਿੱਗੇ ਹੋਏ ਹਨ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਸ ਗੱਲ ਦਾ ਬੜਾ ਦੁੱਖ ਹੈ ਕਿ ਜਿਹੜੇ ਨੌਜਵਾਨ ਇੱਕ ਮੋਟਰਸਾਈਕਲ 'ਤੇ ਜਾ ਰਹੇ ਸੀ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਉਹ ਡਿੱਗੇ ਉਹਨਾਂ ਨੂੰ ਕੋਈ ਸੁਰਤ ਨਹੀਂ ਸੀ ਲੇਕਿਨ ਪਿੰਡ ਦੇ ਲੋਕਾਂ ਨੇ ਚੱਕ ਕੇ ਉਹਨਾਂ ਨੂੰ ਸਮੇਂ ਸਿਰ ਜਿਹੜੀ ਸੀਗੀ ਮੈਡੀਕਲ ਦੀ ਸਹੂਲਤ ਦਵਾਈ ਕੇ ਬਚਾਇਆ ਅਤੇ ਜੇ ਹੋ ਸਕਦਾ ਤਾਂ ਮੌਕੇ 'ਤੇ ਲੋਕ ਉਹਨਾਂ ਨੂੰ ਨਾ ਚੱਕਦੇ ਤਾਂ ਉਹਨਾਂ ਦੀ ਜਾਨ ਜਾ ਸਕਦੀ ਸੀ ਇਸ ਕਰਕੇ ਬੜਾ ਚਿੰਤਾ ਦਾ ਵਿਸ਼ਾ ਹੈ ਇਕੱਲੇ ਪਿੰਡ ਦਾ ਨਹੀਂ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਵਿਸ਼ਾ ਹੈ ਇਸ ਕਰਕੇ ਸਾਨੂੰ ਸੋਚਣਾ ਪਵੇਗਾ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣਾ ਪਵੇਗਾ ਇਸ ਨੂੰ ਖਤਮ ਕਰਨ ਲਈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਜਿੰਨੇ ਵੀ ਯੂਥ ਕਲੱਬਾਂ ਨੇ ਜਿੰਨੀਆਂ ਹੋਰ ਵੀ ਸਮਾਜਿਕ ਜਥੇਬੰਦੀਆਂ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਬਾਰੇ ਹੰਭਲਾ ਮਾਰਨਾ ਪਵੇਗਾ ਸਰਕਾਰ ਚਾਹੇ ਜਿੰਨੇ ਮਰਜ਼ੀ ਦਾਅਵੇ ਕਰ ਰਹੀ ਹੈ ਲੇਕਿਨ ਅੱਜ ਵੀ ਪੰਜਾਬ ਦੇ ਵਿੱਚ ਜੋ ਨਸ਼ੇ ਦੀ ਹਾਲਤ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਸੋ ਇਸ ਕਰਕੇ ਸਰਕਾਰ ਨੂੰ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਛਡਾਉਣ ਵਾਸਤੇ ਵੱਧ ਤੋਂ ਵੱਧ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਨਸ਼ਾ ਛਡਾਊ ਕੇਂਦਰ ਖੋਲ੍ਹੇ ਜਾਣ ਉਹਨਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਾਇਆ ਜਾਵੇ ਅਤੇ ਇਸ ਤੋਂ ਵੀ ਜ਼ਿਆਦਾ ਜਿੱਥੇ ਪੁਲਿਸ ਲੱਗੀ ਹੋਈ ਹੈ ਹੋਰ ਸਖਤੀ ਕੀਤੀ ਜਾਵੇ ਹਜੇ ਬਹੁਤ ਸਖਤੀ ਕਰਨ ਦੀ ਲੋੜ ਹੈ ਅਤੇ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਜਿਹੜਾ ਹੈਗਾ ਸ਼ਨਾਖਤ ਕਰਕੇ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਹ ਜੋ ਨਸ਼ਿਆਂ ਦੀ ਬਿਮਾਰੀ ਹੈ ਇਹਨਾਂ ਤੋਂ ਨੌਜਵਾਨਾਂ ਨੂੰ ਛੁਟਕਾਰਾ ਦਿਵਾਉਣ ਲਈ ਅਤੇ ਪੰਜਾਬ ਨੂੰ ਦੁਬਾਰਾ ਰੰਗਣਾ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ ਅਤੇ ਫਿਰ ਹੀ ਜਿਹੜੀ ਇਹ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨ ਹੈ ਉਹਨਾਂ ਨੂੰ ਕੱਢਿਆ ਜਾ ਸਕੇ।